ਨੂੰ ਤੋੜ ਲੈ ਜੀ ਚਾਰ ਵਾਲ ਦਾਲ ਦਾ ਆਪਦੇ ਆਪ ਦੇ ਆ ਜਾ ਤੁਸੀਂ ਵੀ ਆ ਜਾ ਹਲੋ ਕਰਾਓ ਜੀ ਕਰ ਲਓ ਕਰ ਲਓ ਰਵਿੰਦਰ ਦੇ ਮੂੰਹ 'ਚ ਪਾਇਓ ਦੁਬਾਰੇ ਮਾੜਾ ਜਿਹਾ ਕਾਫੀ ਚੱਕੀ एक मिनट हाँ जी सुनी साहब जो ਕੰਪਲੈਕਸ ਦਾ ਜਿਹੜਾ ਹੈਗਾ ਪ੍ਰੋਜੈਕਟ ਸੀਗਾ ਜੀ ਉਹਦੀ ਕਿੰਨੀ ਅਮਾਊਂਟ ਜਿਹੜੀ ਹੈਗੀ ਆ ਤੁਹਾਡੇ ਕੋਲ ਪ੍ਰਾਪਤ ਹੋਈ ਹੈਗੀ ਆ ਔਰ ਕਦੋਂ ਤੱਕ ਕੰਪਲੀਟ ਜਿਹੜਾ ਇਹ ਕੰਮ ਹੋਣਾ ਹੈ ਨਹੀਂ ਬਹੁਤ ਲੰਮੇ ਸਮੇਂ ਤੋਂ ਜਿਹੜੀ ਲਟਕਦੀ ਆ ਰਹੀ ਮੰਗ ਸੀ ਤਹਿਸੀਲ ਕੰਪਲੈਕਸ ਦੀ ਬਿਲਡਿੰਗ ਦੀ ਉਹਦੇ ਲਈ ਮਾਨ ਸਾਹਿਬ ਨੇ ਮਾਨ ਸਰਕਾਰ ਨੇ 17 ਕੰਪਲੈਕਸਾਂ ਲਈ ਪੈਸੇ ਭੇਜੇ ਨੇ ਜਿਹਦੇ ਵਿੱਚੋਂ ਸਭ ਤੋਂ ਵੱਡੀ ਅਮਾਊਂਟ ਦਿੜਬੇ ਦੇ ਕੰਪਲੈਕਸ ਰਹੀ ਹੈਗੀ 16 ਕਰੋੜ ਰੁਪਇਆ ਲਗਭਗ ਇਹਦਾ ਬਹੁਤ ਜਲਦੀ ਟੈਂਡਰ ਸ਼ੁਰੂ ਹੋ ਜੂਗਾ ਕੰਮ ਜਲਦੀ ਤੋਂ ਜਲਦੀ ਤਿਆਰ ਉਹ ਚੱਲੂਗਾ ਇਹਦਾ ਚੀਮਾ ਸਾਹਿਬ ਦੇ ਯਤਨਾਂ ਸਦਕਾ ਤੇ ਮੁੱਖ ਮੰਤਰੀ ਸਾਹਿਬ ਨੇ ਮਨਜ਼ੂਰੀ ਦਿੱਤੀ ਇਹਨਾਂ ਨੂੰ ਜਿਹੜੀ ਇਹ ਅਮਾਊਂਟ ਹੈ ਜੀ ਆ ਗਈ ਹੈ ਜੀ ਇਹ ਅਮਾਊਂਟ ਪਾਸ ਹੋ ਗਈ 16 ਕਰੋੜ ਰੁਪਇਆ ਲਗਭਗ ਇੱਥੇ ਕਿਹੜੀਆਂ ਕਿਹੜੀਆਂ ਕੀ ਸੁਵਿਧਾ ਇਹਦੇ ਵਿੱਚ SDM ਸਾਹਿਬ ਉਹਦੀ ਰਹਾਇਸ਼ ਦਫ਼ਤਰ ਤਹਿਸੀਲਦਾਰ ਸਾਹਿਬ ਦਫ਼ਤਰ ਕੰਨਗੋ CDPO VDPO ਉਹ ਸਾਰੇ ਦਫ਼ਤਰ ਇੱਥੇ ਇਕੱਠੇ ਹੋਣਗੇ ਲੋਕਾਂ ਨੂੰ ਸੁਵਿਧਾ ਮਿਲ ਜੂਗੀ ਤਾਂ ਕਿ ਸਾਰੇ ਕੰਮ ਇੱਕ ਜਗ੍ਹਾ ਤੇ ਹੋਇਆ ਕਰਨ ਇੱਕ ਰਹਾਇਸ਼ SDM ਸਾਹਿਬ ਦੀ ਰਹਾਇਸ਼ ਹੋ ਜੂ ਜਿਵੇਂ ਦੇਖਿਆ ਜਾਂਦਾ ਕਿ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਨੇ 3 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਰਹਿਣਾ ਹੁੰਦਾ ਹੈ ਪਰ ਲੇਕਿਨ ਅਧਿਕਾਰੀ ਜਿਹੜੇ ਹੈਗੇ ਨੇ ਉਹ ਕੋਈ ਪਟਿਆਲੇ ਚਲਾ ਜਾਂਦਾ ਹੈ ਕੋਈ ਸੰਗਰੂਰ ਚਲਾ ਜਾਂਦਾ ਹੈ ਇਸ ਦੇ ਉੱਪਰ ਵੀ ਜਿਹੜਾ ਹੈਗਾ ਸਰਕਾਰ ਵੱਲੋਂ ਕੰਮ ਕੀਤਾ ਜਾ ਰਿਹਾ ਕੋਈ ਇਹਦੇ ਵਿੱਚ ਰਹਿਸ਼ੀ ਕਮਰੇ ਬਣਨਗੇ 1-2 ਵੀ ਜਿਹਨੂੰ ਕਿਹਨਾ ਕੋਈ ਦੂਰੋਂ ਅਫਸਰ ਆਊਗਾ ਕੋਈ ਉਹ ਰਹਿਣ ਲਈ ਸੁਵਿਧਾ ਹੋਊਗੀ ਤੇ ਹੋਰ ਕੋਈ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਦਿਲਬੇ ਏਰੀਆ ਵਾਸਤੇ ਖਾਸ ਕੋਈ ਪ੍ਰੋਜੈਕਟ ਕੋਈ ਆ ਰਹੇਗਾ ਦਿਲਬੇ ਹਲਕੇ ਦੇ ਵਿੱਚ 4 ਤਾਂ ਮਹੱਲਾ ਕਲੀਨਿਕ ਆ ਗਏ ਜੀ ਤੇ ਇਹ ਕੰਪਲੈਕਸ ਆ ਗਿਆ ਵੱਡਾ ਬਾਕੀ ਹੋਰ ਵੀ ਬਹੁਤ ਫੰਡ ਆ ਰਹੇ ਨੇ ਜਿਹੜੀਆਂ ਸਹੂਲਤਾਂ ਦਿਲਬੇ ਲੋਕਾਂ ਨੂੰ ਚਾਹੀਦੀਆਂ ਨੇ ਜਲਦੀ ਮਿਲਣ ਜਿਹੜੇ ਮਹੱਲਾ ਕਲੀਨਿਕ ਸਰ 4 ਕਿੱਥੇ ਕਿੱਥੇ ਦੇਗੇ ਇੱਕ ਮਹਿਲਾ ਜੀ ਇੱਕ ਛਾਜਲੀ ਇੱਕ ਜਕੇਪਲ ਇੱਕ ਗੰਡੂਆ ਚਾਰਮਾ ਲੱਗਣੇ ਬਹੁਤ ਜਲਦੀ ਸ਼ੁਰੂ ਹੋਣਗੇ ਇਹ ਦਿੜਬੇ ਹਸਪੀਟਲ ਦੀ ਜਿਹੜੀ ਆ ਬਹੁਤ ਖਸਤਾ ਹਾਲਤ ਜਿਹੜੀ ਹੈਗੀ ਆ ਕੋਈ ਵੀ ਡਾਕਟਰ ਜਿਹੜਾ ਹੈਗਾ ਇੱਥੇ ਨਹੀਂ ਬੈਠਦਾ SMO ਸੀਗਾ ਉਹ ਵੀ ਜਿਹੜਾ ਹੈਗਾ ਚਲਾ ਗਿਆ ਇਥੋਂ ਦੇਖੋ ਦਿੜਬੇ ਬਿਲਡਿੰਗ ਤਾਂ ਵਧੀਆ ਹਸਪੀਟਲ ਦੀ ਪਰ ਡਾਕਟਰਾਂ ਦੀ ਘਾਟ ਹੈਗੀ ਉਹਨੂੰ ਬਹੁਤ ਜਲਦੀ ਪੂਰੀ ਕਰਾਂਗੇ ਦਿੜਬੇ ਦੀ ਤੇ ਕੌਰੀਆਂ ਦੀ ਜਿਵੇਂ ਵੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਇਹ 16 ਕਰੋੜ ਰੁਪਇਆ ਜਿਹੜਾ ਹੈਗਾ ਜਾਰੀ ਹੋਇਆਗਾ ਇਸ ਨਾਲ ਲੋਕਾਂ ਨੂੰ ਕਿੰਨੀ ਸਹੂਲਤ ਮਿਲਣੀ ਹੈ ਕਿਸ ਤਰ੍ਹਾਂ ਦੇਖਦੇ ਸੰਜੀਵ ਜੀ ਅੱਜ ਇਹ ਜਿਹੜਾ CM ਸਾਹਿਬ ਨੇ 16 ਕਰੋੜ ਰੁਪਇਆ ਪ੍ਰਬੰਧਕ ਕੰਪਲੈਕਸ ਵਾਸਤੇ ਰਿਲੀਜ਼ ਕੀਤਾ ਹੈ ਇਹਦੇ ਲਈ ਅਸੀਂ CM ਸਾਹਿਬ ਦਾ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਸੀ ਸਾਡੇ ਹਰਪਾਲ ਸਿੰਘ ਜੀ ਚੀਮਾ ਜੀ ਦੇ ਯਤਨਾਂ ਸਦਕਾ ਜਿਹੜਾ ਇਹ ਪ੍ਰਬੰਧਕ ਕੰਪਲੈਕਸ ਬਣ ਰਿਹਾ ਹੈ ਇਹ ਇੱਕ ਛੱਤ ਹੇਠ ਸਾਰੇ ਹੀ ਕੰਮ ਹੋਣਗੇ ਬਹੁਤ ਵਧੀਆ ਕੰਪਲੈਕਸ ਬਣ ਰਿਹਾ ਇਹ ਚੀਮਾ ਸਾਹਿਬ ਦੀ ਇੱਕ ਸੋਚ ਦੀ ਡ੍ਰੀਮ ਪ੍ਰੋਜੈਕਟ ਦੀ ਜਿਹੜਾ ਉਹਨਾਂ ਨੇ ਸਰਕਾਰ ਤੋਂ ਪਾਸ ਕਰਾਇਆ ਇਸ ਲਈ ਅਸੀਂ CM ਸਾਹਿਬ ਦਾ ਤੇ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਪੂਰਾ ਖੁਸ਼ੀ ਦਾ ਯਾਦ ਕਰਦੇ ਹਾਂ ਸਾਡੇ ਪ੍ਰਧਾਨ ਜੀ ਨਾਲ ਖੜ ਰਹੇ ਸਿਮਰ ਜੀ ਨੇ ਸਤਨਰੈਣ ਜੀ ਨੇ ਉੱਥੇ ਤਹਿਸੀਲ ਕੰਪਲੈਕਸ ਦੇ ਵਿੱਚ ਲੱਡੂ ਵੰਡ ਕੇ ਇਸ ਚੀਜ਼ ਦਾ ਇਜ਼ਹਾਰ ਕੀਤਾ ਗਿਆ ਰਣਜੀਤ ਜੀ ਕਿਸ ਤਰ੍ਹਾਂ ਸਰਕਾਰ ਦਾ ਜਿਹੜਾ ਧੰਨਵਾਦ ਕਰਨਾ ਚਾਹੁੰਦੇ ਜਿਹੜਾ ਕੰਪਲੈਕਸ ਵਾਸਤੇ ਸੰਜੀਵ ਜੀ ਬਹੁਤ ਸਮੇਂ ਤੋਂ ਇਹ ਕੰਮ ਲਟਕਦਾ ਆ ਰਿਹਾ ਸੀ ਜੋ ਤਹਿਸੀਲ ਕੰਪਲੈਕਸ ਦਾ ਸੀ ਲੋਕਾਂ ਨੂੰ ਉੱਥੋਂ ਕੰਮ ਕਰਾਉਂਦੇ ਸੀ ਤਾਂ ਉੱਥੇ ਜਾਣਾ ਪੈਂਦਾ ਸੀ ਉੱਥੋਂ ਕੰਮ ਕਰਾਉਂਦੀ ਤਾਂ ਉੱਥੇ ਜਾਣਾ ਪੈਂਦਾ ਸੀ ਬਹੁਤ ਜ਼ਿਆਦਾ ਖੱਜਲ ਖਵਾਰੀ ਸੀ ਜੋ ਕਿ ਸਰਦਾਰ ਹਰਪਾਲ ਸਿੰਘ ਚੀਮਾ ਜੀ ਦੀ ਬਦੌਲਤ ਮਾਨ ਸਾਹਿਬ ਨੇ ਇਹ ਫੰਡ ਮਨਜ਼ੂਰ ਕਰਤਾ ਤਹਿਸੀਲ ਕੰਪਲੈਕਸ ਬਣ ਜਾ ਰਹੀ ਹੈ ਜੋ ਕਿ ਸਾਰੇ ਹੀ ਅਫਸਰ ਇੱਕੋ ਜਗ੍ਹਾ ਤੇ ਬੈਠਣਗੇ ਜਦੋਂ ਕਿ ਕੋਈ ਕੰਮ ਕਰਾਉਣ ਚਲਾ ਗਿਆ ਤਾਂ ਇੱਕੋ ਹੀ ਜਗ੍ਹਾ ਤੇ ਕੰਮ ਹੋ ਜਾਊਗਾ ਲੋਕਾਂ ਨੂੰ ਕਿੰਨੀ ਕੁ ਸਹੂਲਤ ਮਿਲਣੀ ਹੈ ਜਨਾਬ ਬਾਈ ਜੀ ਬਹੁਤ ਬਹੁਤ ਜ਼ਿਆਦਾ ਸਹੂਲਤ ਮਿਲਣੀ ਹੈ ਬਹੁਤ ਵਧੀਆ ਸਹੂਲਤ ਮਿਲਣੀ ਹੈ ਲੋਕ ਖੁਸ਼ ਹੋਣਗੇ ਇਹ ਚੀਜ਼ ਨੂੰ ਦੇਖ ਕੇ ਨਹੀਂ ਪਹਿਲਾਂ ਤਹਿਸੀਲ ਦੇ ਵਿੱਚ ਜਾਣਾ ਪੈਂਦਾ ਸੀ ਫਿਰ SDM ਸਾਹਿਬ ਨੂੰ ਵੀ ਆਉਣਾ ਪੈਂਦਾ ਸੀ ਕਦੇ ਉੱਥੋਂ ਉੱਧਰ ਜਾਂ ਫੂਡ ਸਪਲਾਈ ਜਾਣਾ ਪੈਂਦਾ ਕਿਤੇ ਜਾਣਾ ਪੈਂਦਾ ਥਾਂ ਥਾਂ ਸਾਡੇ ਅਫਸਰ ਬੈਠੇ ਸੀ 70 ਸਾਲ ਹੋ ਗਏ ਸਰਕਾਰਾਂ ਨੂੰ ਪਰ ਅਫਸਰ ਕੋਈ ਸੈਲਰ 'ਚ ਬੈਠਾ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਮਾਰਕੀਟ ਕਮੇਟੀਆਂ ਅਫਸਰ ਬੈਠੇ ਨੇ ਪਰ ਹੁਣ ਮਾਨ ਸਰਕਾਰ ਨੇ
काम करके दिखाता, हुण कुछ समय च टेंडर पास हो जाऊ।